ਓਏ ਹੋਏ 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 ਹੈ ਤਾਂ ਖਾਦ ਲੱਗ ਗਈ ਸੀ, ਪਾਣੀ ਲੱਗ ਗਿਆ ਸੀ, ਕਿਉਂਕਿ ਤਾਕਤ ਆ ਸੀ, ਦਾਣਾ ਮੋਟਾ ਥੇ ਵੀ ਸੀ, ਪੱਕਾ ਹੀ ਸੀ ਇਹ ਵੀ ਨਾ। ਠੀਕ ਠੀਕ ਹਾਂ, ਅੱਜ ਦੇ ਬਲਾਤ ਬਸ ਫਜ਼ੂਲ ਹੈ। 65 ਸਾਲ ਦੀ ਉਮਰ ਇਥਾਰੇ ਕੋਲੋਂ ਗਾਹ ਕਪੈਂਦੇ ਪੈਣ। ਅਗਰ ਮੇਰੀ ਵੀਡੀਓ ਕੋਈ ਵੀ ਇਹੋ ਗੁਸਤਾਖ ਇਹੋ ਨਾਫਰਮਾਨ ਔਲਾਦ ਤੱਕ ਪਹੁੰਚੇ ਤਾਂ ਯਾਰ ਰਹਿਮ ਕਰੋ ਆਪਣੇ ਵਾਲਦੈਨ 'ਤੇ। ਇਹ ਬਜ਼ੁਰਗ ਕੋਲ ਕੰਮ ਕਰਵਾਉਣਾ ਕੋਈ ਤੁੱਕ ਬੜਦਾ ਯਾਰ। ਓਏ ਹੋਏ ਹੋਏ ਮਾਰੋਸ ਮਾਰੋਸ, ਓਏ ਮਾਰੋਸ ਜਲਦੀ ਮਾਰਸ ਮਾਰਸ ਮਾਰਸ, ਓਏ ਕਿਵੇਂ ਸੱਟਾ ਯੋ ਅੱਲਾ ਦਾ ਬੰਦਾ। ਆਈਸਕ੍ਰੀਮ ਪਾਰਲਰ ਜਿਹੜਾ ਨੇ ਬੜਾ ਮਸ਼ਹੂਰ ਹੈ ਬਸਤੀ ਕਾਜ਼ੀ ਦਾ, ਲੇਕਿਨ ਠੱਡਾ ਪਾਣੀ ਕੋਲ ਕੀ ਕਰ ਸਕਦੇ। ਅੱਗੇ ਇਹਨਾਂ ਦੀਆਂ ਪਤਾ ਨਹੀਂ ਔਰਤਾਂ ਇਨ ਕਹਿੰਦੀਆਂ ਔਰਤਾਂ ਇਨ, ਉਹ ਵੀ ਇਵੇਂ ਆ ਕੇ ਵਿੱਚ ਤਿੱਲੀ ਦੇ ਵਿੱਚ ਬਹਿ ਕੇ ਘਾਹ ਕਰਦੀਆਂ। ਅੱਛਾ ਮੈਂ ਕੌਣ ਹਾਂ ਮੈਂ? ਅੱਛਾ ਵੈਸੇ ਨਹੀਂ ਨਿਕਲਿਆ ਮੈਂ ਇੱਥੇ, ਮਤਾ ਇਹ ਬੰਨਾ ਛੰਨਾ ਪਿਆ ਹੋਵੇ ਨਾ ਤਲੜਾ। ਨਹੀਂ ਨਹੀਂ ਤੁਸੀਂ ਘਾਹ ਕਰੋ, ਮੈਂ ਘਾਹ ਕੋਲ ਮਨਾ ਨਾ ਕਰੇਂਦਾ ਪਿਆ, ਲੇਕਿਨ ਤੁਸੀਂ ਤਿੱਲਾਂ ਦੇ ਅੰਦਰ ਨਾ ਵੜ ਕੇ ਘਾਹ ਕਰੋ ਨਾ, ਬੰਦਾ ਅਹਿਸਾਸ ਕਰੇਂਦਾ ਬਈ ਇੱਕ ਬੰਦੇ ਇਤਨੀ ਮਿਹਨਤ ਨਾਲ ਇਤਨਾ ਖਰਚੇ ਸੀਆ। ਮਿਹਰਬਾਨੀ ਕਰੋ ਠੀਕ ਹੈ, ਘਾਹ ਕਰਨ ਤੋਂ ਮੈਂ ਤੁਹਾਨੂੰ ਮਨਾ ਨਾ ਕਰੇਂਦਾ। ਬਜ਼ੁਰਗ ਹੀ ਵੇ ਵੱਡੇ ਹੀ ਵੇ ਠੀਕ ਹੈ, ਸਫੈਦ ਰੀਸ਼ ਵੇ, ਮੈਂ ਤੁਹਾਨੂੰ ਇਹ ਮਨਾ ਨਾ ਕਰੇਂਦਾ, ਲੇਕਿਨ ਬਸ ਇਤਨਾ ਖਿਆਲ ਕਰੋ ਕਿ ਅਗਲੇ ਦੀ ਵੀ ਫਸਲ ਹੁੰਦੀ ਹੈ ਠੀਕ ਹੈ। ਹਾਂ ਉਹ ਨਾ ਮੈਂ ਹੀ ਉਹ ਆਦਾ ਪਿਆ ਕਿ ਬਸ ਤੁਸੀਂ ਕਰੋ ਸਹੀ, ਤੁਹਾਨੂੰ ਮਨਾ ਨਹੀਂ ਹੈ, ਲੇਕਿਨ ਕਰੋ ਇਹਨਾਂ ਜਾਈ ਤੂੰ ਇਵੇਂ ਨਾ ਹੋਵੇ ਜਿਵੇਂ ਉਹ ਔਰਤਾਂ ਵਿੱਚ ਵੜ ਪੈਂਦੀਆਂ ਪਿਛਲੇ ਦੀਆਂ ਚਾਚੂ ਉਹਨਾਂ ਨੂੰ ਇੱਥੋਂ ਭਜਾਇਆ ਬਈ, ਇਵੇਂ ਨਾ ਕਰੋ, ਕਮ ਸੇ ਕਮ ਜ਼ਮੀਨਦਾਰ ਦਾ ਵੀ ਤਾਂ ਖਿਆਲ ਕਰੀਂਦਾ। ਬਸ ਇਹ ਮਿਹਰਬਾਨੀ ਕਰੋ, ਬਾਕੀ ਉਵੇਂ ਤੁਸੀਂ ਗਾਹ ਕਰਨ ਕੋਲ ਤੁਹਾਨੂੰ ਕੋਈ ਮਨਾ ਨਹੀਂ ਹੈ, ਗਾਹ ਕਰੋ। ਨਹੀਂ ਗੱਲ ਦੱਸ, ਤੂੰ ਜੋ ਇੱਥੇ ਵਧਾ ਆਉਂਦਾ ਹੈ ਤੈਨੂੰ ਭੇਡਾਂ ਚਰਾਵਣ ਵਾਸਤੇ ਅਸਾਂ ਰੱਖਾ ਹੋਇਆ ਠੀਕ ਹੈ, ਤੂੰ ਉਹ ਸਾਡੇ ਜ਼ਮੀਨ ਦਾ ਖਿਆਲ ਹੀ ਨਹੀਂ ਕਰ ਸਕਦਾ। ਕਰਨ ਕਰੇ ਔਰਤਾਂ ਵਧੀਆਂ ਹੋਵੇ ਤੇ ਤੂੰ ਤੋੜ ਆਣ ਕੇ ਹਟ ਕੇ ਕਾਰ ਤੇ ਕਾਰ ਮੋੜ ਤੇ ਪਿੱਛਾ ਗਏ ਉਹਨਾਂ ਨੂੰ ਕੱਢ ਕੇ ਉਹ ਹੀ ਨਹੀਂ ਤੁਹਾਡੇ ਪੱਕੇ ਮੋਹਣੇ ਵਾਲਾ ਮੋਹਣੇ ਉਹ ਮੈਂ ਹੀ ਆਦਾ ਪਿਆ, ਇਨਾਂ ਦੀਆਂ ਕੁਝ ਲੱਗਦੀਆਂ ਬਸ ਇਹ ਅੱਜ ਆਇਆ ਬੈਠਾ ਐਂਦਾ ਵਾਸਤੇ ਤੁਸੀਂ ਖਿਆਲ ਕਰਨਾ ਯੱਕਾ ਤੂੰ ਇੱਥੇ ਹੀ ਆਉਂਦਾ ਭੇਡਾਂ ਸ਼ੇਡਾਂ ਚ ਰਹਿੰਦਾ ਵਦਾ। ਹਾਂ ਇਹ ਮਿਹਰਬਾਨੀ ਕੀਤੀ ਕਰ ਯਾਰ, ਖਰਚੇ ਥੈ ਪੈ ਆਉਂਦੇ ਨਹੀਂ ਮੈਂ ਹੁਣ ਅਲਤਾਫ ਨੀ ਸਪਰੇ ਵਾਲਾ ਉਹਦੇ ਕੋਲ ਮੈਂ ਪੁੱਛਿਆ ਉਸ ਅੱਗੇ ਛਾਂ ਦੀ ਵਜ੍ਹਾ, ਚਲੋ ਉਹ ਛਾਂ ਦੀ ਵਜ੍ਹਾ ਇੱਥੋਂ ਕਿਹੜੀ ਛਾਂ ਵੜੀ ਪਈ ਹੈ, ਛਟਾਈ ਦਾ ਫਰਕ ਹੈ, ਮਤਲਬ ਛੱਟਣ ਵਾਲਾ ਨਸ਼ਾ ਪੀਤੀ ਵਧਾ ਆਈ ਥੀਂਦੀ ਪਈ ਹੈ ਸਪਰੇ ਸਰ। ਖੀਰ 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 ਵਾਲੀ ਕਾਰ ਅੱਛਾ, ਮਤਲਬ ਅਸਲ ਦਾਣਾ ਹੇਠ ਹੈ ਇਹ ਦਾਣੇ ਇਹ ਜਿਹੜੇ ਕਿ ਇਹ ਪੂਰਾ ਥਿਆ ਇਹ ਤੋਂ ਉੱਤਾ ਇਹ ਘੜ ਦਾ ਸਹੀ ਸਹੀ ਜਿਹੜੇ ਖਾਦ ਲੱਗ ਗਈ ਸੀ ਪਾਣੀ ਲੱਗ ਗਈ ਸੀ ਕਿ ਤਾਕਤ ਆ ਸੀ ਦਾਣਾ ਮੋਟਾ ਥੇ ਵੀ ਸੀ ਪੱਕਾ ਹੀ ਸੀ ਇਹ ਵੀ ਨਾ। ਠੀਕ ਠੀਕ ਅੱਛਾ ਬਜ਼ੁਰਗੋ ਇਹ ਤੁਸੀਂ ਘਾਹ ਜੋ ਇਤਨੀ ਗਰਮੀ ਤੇ ਕਰਦੇ ਬੈਠੇ ਹੋ ਤੁਹਾਨੂੰ ਗਰਮੀ ਮਹਿਸੂਸ ਨਹੀਂ ਹੁੰਦੀ? ਨਹੀਂ ਹੁੰਦੀ ਇਹ ਫਿਰ ਉਹ ਹਿਮਾਨ ਤੇ ਦਾ ਘਾਹ ਕੋ ਨਹੀਂ ਭੁੱਖਾ ਹੁੰਦੇ ਕੀ ਕਰੋ ਤੁਸੀਂ
ਵਾਕਈ ਮੈਂ ਆਪ ਹੈਰਾਨ ਹੋਏ, ਅਸਾਂ ਕੰਮ ਤੋਂ ਬਗੈਰ ਖੜੇ ਐਡਾ ਪਸੀਨਾ ਹੈ, ਤੁਸਾਂ ਬਜ਼ੁਰਗ ਇਸ ਉਮਰ ਵਿੱਚ ਗਾਹ ਕਪੈਂਦੇ ਬੈਠੇ ਹੋ, ਬਾਲ ਪੁੱਤਰ ਕੋਈ ਨਹੀਂ? ਦੋਸਤੋ ਇਹ ਬਜ਼ੁਰਗ ਆਦੇ ਪਹਿਨ ਕੇ ਮੇਰੇ ਬਾਲ ਹਨ, ਲੇਕਿਨ ਬਾਲ ਕੰਮ ਕਰੇ ਨਾ ਤਾਂ ਵੱਧ ਕਿਆ ਮੌਜ ਹੁੰਦੀ, ਬਾਲ ਕੰਮ ਹੀ ਨਹੀਂ ਕਰੇਂਦੇ, ਅੱਜ ਦੇ ਬਾਲ ਇਹਦੇ ਗੁਸਤਾਖ ਔਰ ਇਹਦੇ ਨਾਫਰਮਾਨ ਹੋ ਗਏ ਕਿ ਵਾਲਦੈਨ ਬਜ਼ੁਰਗ ਉਹਨਾਂ ਦੇ ਕੰਮ ਕਰੇਂਦੇ ਬੈਠੇ, ਉਹ ਘਰ ਵਿੱਚ ਲੱਤਾਂ ਜੋੜ ਕੇ ਸੁੱਤੇ ਪੈਣ। ਦੋਸਤੋ ਯਕੀਨ ਕਰੋ ਬਹੁਤ ਜ਼ਿਆਦਾ ਮੇਰਾ ਦਿਲ ਜਿਹੜਾ ਨਾ ਦੁਖਿਆ ਇਸ ਗੱਲ ਸੁਣ ਕੇ ਇਹਨਾਂ ਬਜ਼ੁਰਗਾਂ ਦੀ। ਅਗਰ ਮੇਰੀ ਵੀਡੀਓ ਕੋਈ ਵੀ ਅਜੇ ਗੁਸਤਾਖ ਅਜੇ ਨਾਫਰਮਾਨ ਔਲਾਦ ਤੱਕ ਪਹੁੰਚੇ ਤਾਂ ਯਾਰ ਰਹਿਮ ਕਰੋ ਆਪਣੇ ਵਾਲਦੈਨ 'ਤੇ, ਤਰਸ ਖਾਓ ਆਪਣੇ ਵਾਲਦੈਨ 'ਤੇ, ਕਿਉਂਕਿ ਅੱਗਾਂ ਤੁਸਾਂ ਵੀ ਕਹਿਣ ਦੇ ਵਾਲਦੈਨ ਬਣਨਾ, ਤੁਹਾਡੇ ਨਾਲ ਹੀ ਇਹ ਕੰਮ ਹੋ ਸੀ, ਜੋ ਬੋਸੋ ਉਹ ਕੱਟ ਸੋ, ਜੈਸੀ ਕਰਨੀ ਵੈਸੀ ਭਰਨੀ, ਇਹ ਅੱਲਾਹ ਪਾਕ ਦੇ ਤਰਫੋਂ ਇੱਕ ਹਿਕਮਤ ਅਮਲੀ ਹੈ ਔਰ ਉਹ ਹੋ ਕੇ ਰਾਸੀ, ਤੁਸਾਂ ਆਪਣੀ ਜ਼ਿੰਦਗੀ 'ਚ ਇਹ ਚੀਜ਼ ਵੇਖ ਕੇ ਰਾਸੋ। ਇਹ ਬਜ਼ੁਰਗ ਕੋਲ ਕੰਮ ਕਰਵਾਉਣਾ ਕੋਈ ਤੁੱਕ ਬੜਦਾ ਆ। ਅਲਤਾਫ ਭਾਈ ਪਹੁੰਚ ਗਏ ਹੋ ਖੈਰ ਨਾਲ? ਅਲਤਾਫ ਭਾਈ ਦੋਸਤੋ ਪਹੁੰਚ ਗਏ, ਆਪਣਾ ਕੰਮ ਸਟਾਰਟ ਕਰ ਛੋੜਿਆ ਨੇ, ਇਹ ਸਪਰੇਅ ਨੂੰ ਜਿਹੜਾ ਨਾ ਇਹਨਾਂ ਮਾਰਿਆ ਲੱਕੜੀ ਔਰ ਢੱਕਣ ਪਾ ਕੇ ਸਿੱਧਾ ਟੈਂਕੀ ਦੇ ਵਿੱਚ। ਹੁਣ ਇੱਥੇ ਤੁਹਾਨੂੰ ਇਹ ਮਸਲਾ ਨਹੀਂ ਹੈ ਕਿ ਪਾਣੀ ਭਰਨ ਦੂਰ ਵੈਸੋ, ਪਾਣੀ ਇੱਥੇ ਖਾਲਿਜ ਪਿਆ। ਹਾਂ ਬਿਲਕੁਲ ਅਬਦੁੱਲਾ ਸਾਈ, ਇਹ ਜਾ ਨਹੀਂ ਹੈ, ਇਹ ਕਿਆ ਵਜ੍ਹਾ ਕੋਲ ਇਵੇਂ ਇੱਥੇ ਆਕੜੇ? ਮਤਲਬ ਅਸਾਂ ਰੋਣੀ ਦੇਰ ਕੀਤੀ ਹੈ, ਖੈਰ ਹੀ ਵੀ ਰੋਣੀ ਕਰਕੇ ਅਗਲੇ ਦਿਨ ਤਾਂ ਅਸਾਂ ਬੀਜਾ ਤੇ ਹੱਲ ਮਾਰ ਦਿੱਤੇ ਹੈ। ਅੱਛਾ ਹਾਂ ਇਹ ਵੀ ਹੈ, ਇਹ ਵੀ ਸਹੀ ਹੈ, ਤੂੰ ਸੱਚਾ ਭਾਈ, ਅਸਾਂ ਕੂੜੇ ਹੈ। ਟੈਂਕੀ ਸਟਾਰਟ ਹੋ ਗਈ ਹੈ ਦੋਸਤੋ, ਅਲਤਾਫ ਭਾਈ ਹੁਣ ਸਕੂਲ ਵਾਲਾ ਬੈਗ ਪਹਿਨਦਾ ਪਿਆ ਵੇ, ਇਹ ਦੇਖੋ ਏਡੀ ਗਰਮੀ ਤੇ ਸਕੂਲ ਵਾਲਾ ਬੈਗ ਡਟੀਂਦਾ ਪਏ ਤੇ ਹੁਣ ਇਹ ਵਹਿੰਦਾ ਪਏ। ਸਪਰੇ ਸ਼ੁਰੂ। ਉਹ ਬਜ਼ੁਰਗੋ ਹਟ ਵੰਜੋ, ਸਪਰੇ ਵਾਲਾ ਆਉਂਦਾ ਪਵੇ। ਬਜ਼ੁਰਗ ਨੂੰ ਆਖਿਆ ਮੈਂ ਕਿ ਹਟ ਵੰਜੀ, ਮੈਨੂੰ ਸਪਰੇ ਲੱਗੀ ਗਰੀਬ ਹਟ ਵੰਜ। ਇਹ ਵੇਖੋ ਬਜ਼ੁਰਗ ਹੁਣ ਗੰਢੜੀ ਆਪਣੀ ਚਾਹ ਕੇ ਜਿਤਨਾ ਗਰੀਬ ਕੋਲ ਹੋ ਸਕੇ ਆਪਣਾ ਗਾਹ ਇੱਥੋਂ ਸਾਡੀ ਜ਼ਮੀਨ 'ਚੋਂ ਕਰਕੇ, ਔਰ ਹੁਣ ਇਹ ਬਜ਼ੁਰਗ ਵਹਿੰਦਾ ਪਿਆ ਘਰ, ਬਸ ਤਿੱਲਾਂ ਵਾਲੇ ਪਾਸੇ ਨਵਾਂ, ਬਾਕੀ ਤੱਲੜ ਦੀ ਖੈਰ ਹੈ, ਤੱਲੜ ਕੱਪੀ ਆ। ਇਹ ਤੁਸੀਂ ਇਹ ਜਿਹੜਾ ਗਾਹ ਕੱਪੇਂਦੇ ਬੈਠੇ ਹੋ, ਇਹ ਚਾਹ ਕੇ ਵੱਲ ਕਿਸ 'ਤੇ ਵੈਸੋ? ਸਾਈਕਲ 'ਤੇ ਵੈਸੋ? ਵਾਕਈ ਫਜ਼ੂਲ ਹੈ, ਮੈਂ ਤਾਂ ਦੇਖ ਕੇ ਮੇਰੇ ਅੱਖੀਆਂ 'ਚ ਹੰਝੂ ਆ ਗਏ ਕਿ ਤੁਸੀਂ ਇਤਨੀ ਉਮਰ 'ਚ, ਹੁਣ ਤੁਹਾਡੀ ਉਮਰ ਕਿਤਨੀ ਹੋ ਸੀ? 65 ਸਾਲ ਦੀ ਉਮਰ ਤੁਹਾਡੇ ਕੋਲੋਂ ਗਾਹ ਕੱਪੇਂਦੇ ਪੈਣ, ਬਸ ਇਹ ਕਿਆਮਤ ਹੈ, ਹੋਰ ਕੁਝ ਨਹੀਂ ਹੈ। ਗੁਲ ਮੁਹੰਮਦ ਸਾਨੂੰ ਸੱਦ ਲਿਆ, ਅੱਗੇ ਜਲਦੀ ਆਓ, ਅਸਾਂ ਉੱਥੇ ਖੜੇ ਅਸੀਂ ਆਪਣੇ ਰਕਬੇ 'ਤੇ, ਇੱਥੇ ਕੋਈ ਨਾਂਗ ਸ਼ਾਂਗ ਹੈ, ਨਾਂਗ ਵੇਖੀ ਖੜਾ, ਅੱਗੇ ਜਲਦੀ ਆਓ, ਤੁਹਾਨੂੰ ਨਾਂਗ ਦਿਖਾਵਾਂ ਮੈਂ, ਅੱਗੇ ਆਪਣੀ ਆਡੀਅੰਸ ਕੋਈ ਨਾਂਗ ਦਿਖਾਵਾਂ। ਨਾਂਗ ਵੱਡਾ ਛੋਟਾ ਹੈ? ਕਸਮ ਵੀ ਕਿਹਦੇ ਦਾ ਸਹੀ ਦੱਸ, ਤੈਂ ਆਪ ਡਿੱਠਾ ਕਿਹੜੀ ਜਾਤ ਹੈ? ਦੋਸਤੋ ਬਹੁਤ ਬੜਾ ਨਾਂਗ, ਇਹ ਜਿਹਾ ਨਾਂਗ ਮੈਂ ਸਮਝਦਾ ਤੁਸਾਂ ਅੱਜ ਤੱਕ ਨਾ ਡਿੱਠਾ ਹੋ ਸੀ,
ਜੇ ਜਹਾਜ ਠਾਕੂ ਦਿਖੇਂਦੇ ਪੈ ਇਹ ਵੇਖੋ ਇਹ ਇਹ ਨਾਂਗ ਪਿਆ ਵੇ ਨਾਂਗ ਚੈੱਕ ਕਰੋ ਦੋਸਤੋ ਨਾਂਗ ਚੈੱਕ ਕਰੋ ਕਿਤਨਾ ਮੋਟਾ ਓਏ ਹੋਏ ਹੋਏ ਅੱਛਾ ਦੇ ਦਈ ਸਾਡੋ ਪਿਆ ਹੈ ਇੱਕ ਮੌਤ ਚਾਹੀ ਪਈ ਹੈ ਮਾਰ ਘਿੰਸੋ ਵਾਕਈ ਇਹ ਦੱਸ ਇਹ ਤੂੰ ਇੱਕ ਪਾਣੀ ਚੂ ਕਿਵੇਂ ਮਰੇ ਸੈਂ ਪੱਕੀ ਗੱਲ ਪਾਣੀ ਦੇ ਵਿੱਚ ਮੈਂ ਵੀਡੀਓ ਬਣਾਵਾਂ ਦੋਸਤੋ ਨਾਂਗ ਬਹੁ ਵੱਡੀ ਬਲਾ ਨਾਂਗ ਵੇ ਨਾਂਗ ਕੋਈ ਛੋਟਾ ਮੋਟਾ ਨਾਂਗ ਨਹੀਂ ਏਡਾ ਤਾਈ ਹੁੰਦਾ ਸਿਰ ਰੇ ਤੁਸੀਂ ਯਕੀਨ ਕਰੋ ਹਾਲੀ ਤੁਸੀਂ ਪਾਣੀ ਦੇਦੇ ਪਏ ਹੋ ਉਹ ਸਾਹਮਣੇ ਦੇਖੋ ਪਾਣੀ ਦੇਦੇ ਪਏ ਹੋ ਲੇਕਿਨ ਮੈਂ ਸਾਹਮਣੇ ਕੋਲ ਦੇਦਾ ਪਿਆ ਮੈਨੂੰ ਪਤਾ ਹੈ ਕਿ ਨਾਂਗ ਕਿਤਨਾ ਮੋਟਾ ਔਰ ਕਿਤਨਾ ਪੱਲਾ ਪਲਾਇਆ ਨਾਂਗ ਹੈ ਓਏ ਮੁਸ਼ਕੀ ਹੈ ਫੁੱਲ ਮੁਸ਼ਕੀ ਕਾਲਾ ਧੂਮ ਮੁਹੰਮਦ ਜੀ ਇੱਕ ਗੱਲ ਦੱਸ ਇਹ ਇਤਨਾ ਖਾਮੋਸ਼ ਕਿਉਂ ਪਿਆ ਹਾਲਾਂਕਿ ਨਾਂਗ ਦਾ ਦਿਨ ਬਈ ਉਹ ਪਾਣੀ ਪੈ ਉਹ ਸਾਗ ਤੇ ਬਲਬਲਾ ਕੀਤੇ ਪੈ ਮੈਂ ਲੁਕਾ ਪਿਆ ਅੱਛਾ ਹਾਂ ਤੇ ਜੇ ਲੈ ਸਾਗਾ ਤੀ ਤੂੰ ਭਜਣੇ ਅਲਤਾਫ ਇਹ ਹੁਣ ਸੁਣਦਾ ਵਦਾ ਡੋਰੀ ਬਲਾਂ ਕਰੇ ਮਾਰਨ ਮੇਰਾ ਨਹੀਂ ਸਾਡੇ ਕੋਲ ਮਰਸੀ ਨਾ ਕਿਉਂਕਿ ਅਸਾਂ ਜ਼ਿੰਦਗੀ ਚ ਅੱਜ ਤੱਕ ਨਾਂਗ ਕਿਹਾ ਅਸਾਂ ਚੂਹਾ ਹੀ ਨਹੀਂ ਮਾਰਾ ਅੱਜ ਤੱਕ ਨਹੀਂ ਮਾਰਾ ਜੱਟ ਦਾ ਕੰਮ ਹੈ ਜੱਟ ਹੀ ਕੰਮ ਕਰੇ ਅਬਦੁੱਲਾ ਸਿੰਘ ਇਹ ਕੋ ਸਾਡਾ ਜਲਦੀ ਇਹਨੂੰ ਆਖੋ ਸਪਰੇਅ ਬੰਦ ਕਰ ਟੈਂਕੀ ਬੰਦ ਕਰ 2 ਮਿੰਟ ਜਲਦੀ ਆ ਨਾਂਗ ਮਾਰਨਾ ਵੱਡਾ ਬਲਾ ਨਾਂਗ ਹੈ ਯਾ ਅੱਲਾ ਤੂੰ ਖੈਰ ਕਰੇ ਇਹ ਸਾਡੇ ਦੁਸ਼ਮਣ ਇਹ ਕੋ ਮਾਰਨਾ ਲਾਜ਼ਮੀ ਹੈ ਨਬੀ ਪਾਕ ਸਾਰੇ ਦਾ ਫਰਮਾਨ ਹੈ ਕਿ ਦੁਸ਼ਮਣ ਕੋ ਮਾਰੋ ਵਾਕਈ ਮੈਂ ਦੁਸ਼ਮਣੇ ਤੇ ਦੁਸ਼ਮਣੀ ਹੁਣ ਫੁੱਲ ਕੁਰਾੜਾ ਦੁਸ਼ਮਣੇ ਮੋਟਾ ਤਾਜ਼ਾ ਪੱਲਾ ਪਲਾਇਆ ਦੁਸ਼ਮਣੇ ਇਹ ਦੇਖ ਨਾਂਗ ਪਿਆ ਕਿਵੇਂ ਦੋਸਤੋ ਇਹ ਚੈੱਕ ਕਰੋ ਡਰੀ ਮੈਨੂੰ ਬਹੁ ਲਗਾ ਖੜਾ ਡਰਦਾ ਹੀ ਖੜਾ ਲੇਕਿਨ ਤੁਹਾਡੀ ਵਜ੍ਹਾ ਕੋਲ ਇਹ ਵੇਖੋ ਕਿਤਨਾ ਲੰਬਾ ਨਾਂਗ ਹੈ ਚੈੱਕ ਕਰੋ ਮੇਰਾ ਆਵਾਜ਼ ਯਾਰ ਯਕੀਨ ਕਰੋ ਹੁਣ ਇਹਨੂੰ ਦੇਖ ਕੇ ਕੰਬਦਾ ਖੜਾ ਤੁਸਾਂ ਹੀ ਜਿਹੜੇ ਬੰਦੇ ਦੇਖ ਸੋ ਗੌਰ ਨਾਲ ਇਸ ਵਲੌਗ ਨੂੰ ਉਹਨਾਂ ਦਾ ਇਵੇਂ ਆਵਾਜ਼ ਕੰਬਸੀ ਇਹ ਵੇਖੋ ਪਹਿਲੀ ਦਫ਼ਾ ਮੈਂ ਆਪਣੇ ਅੱਖੀਆਂ ਦੇ ਸਾਹਮਣੇ ਨਾਂਗ ਵੇਖਿਆ ਯਕੀਨ ਮੰਨੋ ਪਹਿਲੀ ਦਫ਼ਾ ਵੇਖ ਕੇ ਮੈਂ ਇਤਨਾ ਆਖ ਸਕਦਾ ਕਿ ਇਤਨੀ ਦਹਿਸ਼ਤ ਹੈ ਨਾ ਇਸ 'ਚ ਮੈਂ ਨਜ਼ਦੀਕ ਵਜਾਂ ਪਿਆ ਗੁਲ ਮੁਹੰਮਦ ਮੈਂ ਆਖਿਆ ਨਜ਼ਦੀਕ ਨਾ ਵਜੇ ਅਤੇ ਇਹ ਯਕੀਨ ਕਰੋ ਮੈਨੂੰ ਦਹਿਸ਼ਤ ਕੋਲ ਨਾ ਮੇਰੀ ਆਵਾਜ਼ ਕੰਬਣ ਲੱਗ ਗਈ ਤੁਹਾਨੂੰ ਮਹਿਸੂਸ ਹੀ ਹੋਇਆ ਉਸ ਮੈਂ ਅੱਜ ਤੱਕ ਇਹ ਜਿਹਾ ਨਾਂਗ ਨਹੀਂ ਵੇਖਿਆ ਯਾਰ ਅੱਛਾ ਗੁਲ ਮੁਹੰਮਦ ਇੱਕ ਗੱਲ ਦੱਸ ਸਹੀ ਸਹੀ ਕਦੇ ਮਾਰਾ ਹੀ ਵੀ ਅੱਛਾ ਦਾਵਾ ਵੇਖੋ ਦੋਸਤੋ ਇਹਨਾਂ ਦਾ ਦਾਵਾ ਦੇਖੋ ਤੌਸਵੀ ਦਾ ਲੂਣ ਮੇਰੀ ਜੇਬ ਵਿੱਚ ਮੇਰੇ ਨੇੜੇ ਨਾ ਸੀ ਮੈਂ ਚੈਲੰਜ ਕਰੇਂਦਾ ਨਾਂਗ ਨੂੰ ਨਾਂਗ ਮੇਰੇ ਨੇੜੇ ਹੀ ਨਾ ਸੀ ਇਹ ਦੋਸਤੋ ਅਬਦੁੱਲਾ ਸਾਈਂ ਔਰ ਅਲਤਾਫ ਭਾਈ ਆਉਂਦੇ ਪੈਣ ਅਲਤਾਫ ਭਾਈ ਦੇ ਹੱਥ ਚੰਗਾ ਭਲਾ ਸੁੱਟ ਕੇ ਡੰਡਕਾ ਅਤੇ ਇਨਸ਼ਾਅੱਲਾ ਨਾਂਗ ਦੀ ਖੁੱਟ ਗਈ ਵੇ ਇਹ ਨਾਂਗ ਪਿਆ ਵੇ ਇਹ ਵੀ ਅਜਾ ਨਹੀਂ ਹਲਾਈ ਡੀਠ ਇਹਦੀ ਮੌਤ ਲਿਖੀ ਪਈ ਵੀ ਹਾਂ ਲਿਖਾ ਪਿਆ ਤਾਂ ਤਾਂ ਇਹ ਹਲਦਾ ਹੀ ਨਹੀਂ ਪਿਆ ਉਹ ਸਮਝੀ ਪਿਆ ਇਹ ਬੇਵਕੂਫ ਇਨ ਇਹ ਦੇਖੋ ਪਿਆ ਉਥਾਂ ਹੀ ਦਾ ਉਥਾਂ ਹੀ ਅਲਤਾਫ ਕਦੇ ਨਾਂਗ ਮਾਰਾ ਹੀ ਵੀ ਇਹ ਵਧਾ ਹੀ ਹੈ ਓਏ ਹੋਏ ਹੋਏ ਮਾਰੋਸ ਮਾਰੋਸ ਓਏ ਮਾਰੋਸ ਜਲਦੀ ਮਾਰਸ 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 ਉਹ ਸਿਰ ਚਾਈ ਪਈ ਛੰਜਲੀ ਕੱਢੀ ਪਈ ਅੰਨਾ ਜ਼ਿੰਦਾ ਹੀ ਵੀ ਅਲਤਾਫ ਅੰਨਾ ਜ਼ਿੰਦਾ ਹੀ ਵੀ ਵਾਹ ਯਾਰ ਵਾਹ ਓਏ ਕਿਵੇਂ ਸੱਟਾਈ ਅੱਲਾ ਦਾ ਬੰਦਾ ਦੋਸਤੋ ਇਹ ਵੇਖੋ ਯਾਰ ਨਾਂਗ ਹੁਣ ਵੀ ਜ਼ਿੰਦਾ ਹੈ ਜ਼ਿੰਦਾ ਹੈ ਤੇ ਵਾ ਤੂੰ ਛੱਜਲੀ ਕਿਉਂ ਕੱਢਣ ਦੇ ਮਾਰੇ ਨਾ ਅੱਛਾ ਚੇਲ ਬਣੀ ਪਈ
ਚੇਲ ਫਨੀ ਪਈ ਦੋਸਤੋ। ਇਹ ਵੇਖਦੇ ਪਿਓ ਕਿੰਨਾ ਮੋਟਾ ਔਰ ਕਿੰਨਾ ਵੱਡਾ ਨਾਂਗ ਇਹ ਵੇਖੋ। ਹੋਏ 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 ਇਹ ਵੇਖੋ ਅਜਾ ਤੱਕ ਜ਼ਿੰਦਾ ਹੈ, ਨਹੀਂ ਵਹਿੰਦਾ ਕਿਹਨੇ ਹੈ, ਚੇਲ ਫਨੀ ਪਈ ਕਿਹਦੇ ਵੈਸੀ। ਓਏ ਹੋਏ 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 ਹੈ ਤਾ ਹੈ ਤਾ ਨਮਸਤੀ ਆਈ ਪਈ ਹੈ ਗੁਲ ਮਮਦ, ਤੇਰੀ ਮੇਰੇ ਨਾਲ ਕੋਈ ਪੁਰਾਣੀ ਦੁਸ਼ਮਣੀ ਆਈ ਇਹ ਮੇਰੇ ਉਤੂ ਜੋ ਭੁਕਾਇਆ ਹੀ ਮੇਰਾ ਤਾਂ ਸਾਹ ਕੱਢ ਛੋੜਾ ਸੀ। ਯਕੀਨ ਕਰੋ ਅਬਦੁੱਲਾ ਸਾਈਂ ਮੇਰਾ ਅਜਾ ਤੱਕ ਦਿਲ ਕੰਬਦਾ ਪਿਆ। ਓਏ ਹੋਏ ਹੋਏ ਮਸਤੀ ਚੈੱਕ ਕਰੋ ਦੋਸਤੋ। ਹਾਂ ਅੱਛਾ ਇਹ ਬਈ ਗੱਲ ਦੱਸੀ, ਹਾਂ ਇਹ ਦੇਖ ਤਾਂ ਸਹੀ ਵਧੀਆ ਮਸਤੀਆਂ ਚ ਪਿਆ ਲੇਕਿਨ ਇੱਕ ਓਏ ਦੋਸਤੋ ਇਹਦੇ ਵੇਖੋ ਇਹ ਆਪਣੇ ਆਪ ਨੂੰ ਚੱਕ ਮਰਿੰਦਾ ਪਿਆ, ਇਹਦੇ ਵੇਖੋ ਆਪਣਾ ਛੋੜ ਗਿਆ ਆਈ ਲੈਨ ਛੋੜ ਗਿਆ ਆਪੇ ਭੱਜ ਗਿਆ ਵਜ਼ੀਰ ਦੇ ਪਿੱਛੂ ਲੱਗਾ ਰਿਹਾ ਲੇਕਿਨ ਇਹ ਸਾਡੇ ਹੱਥ ਨਹੀਂ ਆਇਆ। ਹਾਂ ਅੱਜ ਇਹ ਕੁਦਰਤੀ ਤੇਰੇ ਹੱਥ ਆਇਆ ਬਾਕੀ ਸਾਡੇ ਹੱਥ ਨਹੀਂ ਆਇਆ। ਹਾਂ ਹਾਂ ਅਲਤਾਫ ਤੇਰੀ ਹਿੰਮਤ ਕੋਈ ਸਲਾਮ ਹੈ ਯਕੀਨ ਕਰ ਆਉਣ ਨਾਲ ਬਸ ਸੋਟੀ ਚਾਹ ਕੇ ਬੜਾ ਗਏ ਜ਼ਮੀਨ ਦੇ ਵਿੱਚ। ਇਹ ਵੇਖੋ ਬਾਈ ਗੌਸਾਲੇ ਤੇ ਜਿੱਥਾਂ ਹੁਣ ਤਿਲ ਪਿਲਾ ਆਏ ਹੈ ਠੀਕ ਹੈ ਉੱਥਾਂ ਇੱਕ ਨਾਂਗ ਵਧਾ ਵਧਾ ਅੱਜ ਦਹਾ ਵੱਡਾ ਉਹ ਡਿੱਠਾ ਹੋਏ ਉਹ ਕਿਉਂ ਕਹਿ ਨਹੀਂ ਮਾਰਾ ਅਜਾ ਤੱਕ ਮਰ ਗਏ ਗੁੱਲੇ ਹੁਣੀ ਮਾਰਾ ਕੰਨਣ ਮਾਰਾ ਇਹ ਦੋਸਤੋ ਅਜਾ ਤੱਕ ਮਰਿਆ ਨਿਵੇ ਅਜਾ ਤੱਕ ਇਹ ਜ਼ਿੰਦਾ ਪਿਆ ਠੀਕ ਹੈ ਇਹ ਵੇਖਦੇ ਪਿਓ ਹਲਦਾ ਪਿਆ ਇਹ ਵੇਖੋ ਇਹ ਦੇਖਿਓ ਇਹ ਦੇਖੋ ਅਲਹਮਦੁਲਿਲਾ ਦੋਸਤੋ ਅਸਾਂ ਨਹੀਂ ਗੁਲ ਮੁਹੰਮਦ ਔਰ ਅਲਤਾਫ ਦੁਸ਼ਮਣ ਜਿਹੜਾ ਨਾ ਮਾਰ ਕੇ ਹੁਣ ਅਸਾਂ ਵਹਿੰਦੇ ਪਏ ਵਾਪਸ ਸਪਰੇਅ ਕਰਵਾਵਣ ਅਚਾਨਕ ਨਾਂਗ ਆ ਗਿਆ ਸਾਹਮਣੇ ਅਤੇ ਵਾਤਾ ਦੇਣ ਕਿ ਅਗਰ ਨਾਂਗ ਸਾਹਮਣੇ ਆ ਵਜੇ ਅਤੇ ਅਗਰ ਮਰਦ ਖੜ੍ਹਾ ਹੋਵੇ ਬੰਦਾ ਅਤੇ ਅਗਰ ਉਤੋਂ ਭੱਜ ਵਜੇ ਉਹ ਬਗੈਰਤੀ ਹੈ ਇਸ ਵਾਸਤੇ ਅਸਾਂ ਭੱਜੇ ਨਾ ਖੜ੍ਹੇ ਰਹੇ ਚੀਖਾਂ ਮਰਿੰਦੇ ਰਹੇ ਲੇਕਿਨ ਖੜ੍ਹੇ ਰਹੇ। ਨਾਗਿਨ ਡਰਾਮੇ 'ਚ ਜਿਹੜਾ ਵੇਧੇ ਅਸੀਂ ਨਾ ਕਿ ਅਗਰ ਮੁਸ਼ਕੀ ਨਾਂਗ ਨੂੰ ਮਾਰੋ ਤਾਂ ਵਾਤੋਂ ਦੁਸ਼ਮਣੀ ਕਰਿੰਦਾ ਅਤੇ ਅੱਖੀਆਂ 'ਚ ਫੋਟੋ ਬੜਾ ਲੈਂਦਾ। ਮੁਸ਼ਕੀ ਭਾਈ ਮੈਂ ਤੁਹਾਨੂੰ ਦੱਸਿੰਦਾ ਪਿਆ ਜਿਹੜਾ ਇਹਦਾ ਸਾਥੀ ਅਗਰ ਕੋਈ ਵਧਾ ਮੈਂ ਦੱਸ ਛੋੜਾਂ ਯਾਰ ਅਸਾਂ ਨਹੀਂ ਮਾਰਾ ਤੁਹਾਨੂੰ ਠੀਕ ਹੈ ਤੁਹਾਡੇ ਬੰਦੇ ਨੂੰ ਅਸਾਂ ਨਹੀਂ ਮਾਰਾ ਮਹਾਰਾਜ ਹੈ ਉਹਨਾਂ ਨੂੰ ਫੜ ਕੇ ਰੱਖੋ। ਦੋਸਤੋ ਇਸ ਮੇਨ ਪਲਾਟ ਜਿਹੜਾ ਵੱਡਾ ਪਲਾਟ ਹੈ ਉਹ ਸਾਰਾ ਸਪਰੇਅ ਥੀ ਗਿਆ ਹੁਣ ਜਿਹੜਾ ਨਾ ਉਡੇ ਇਹ ਪਲਾਟ ਸਪਰੇਅ ਥੀਂਦਾ ਪਿਆ। ਇਹ ਬਜ਼ੁਰਗ ਆਪਣੀ ਪੂਰੀ ਗੰਢੀ ਗੰਢੜੀ ਘਾਹ ਦੀ ਕਰਕੇ ਹੁਣ ਆਪਣੀ ਸਾਈਕਲ 'ਤੇ ਲੱਡ ਕੇ ਸਿੱਧਾ ਘਰ ਦੇ ਰਵੈਸੀ ਇਹ ਵੇਖੋ। ਹਾਂ ਬਜ਼ੁਰਗੋ ਰਾਜ਼ੀ ਹੋ ਪੱਕੀ ਗੱਲ ਹੈ ਦਿਲ ਨਾਲ ਰਾਜ਼ੀ ਹੈ ਆਮੀਨ ਬਸ ਮੇਰੇ ਤਿਲਾਂ ਵਾਸਤੇ ਇੱਥੋਂ ਵਾਲਿਆਂ ਵਾਸਤੇ ਅਤੇ ਗੌਂਸ ਵਾਲੇ ਵਾਸਤੇ ਦੁਆ ਕਰ ਆਮੀਨ ਆਮੀਨ ਅੱਲਾ ਹਾਫਿਜ਼ ਅੱਲਾ ਹਾਫਿਜ਼।
ਦੋਸਤੋ ਹੁਣ ਸਾਡਾ ਇੱਥੇ ਰਹਿਣ ਨਹੀਂ ਆਉਂਦਾ ਪਿਆ, ਬਹੁਤ ਜ਼ਿਆਦਾ ਹਬਸ ਹੈ, ਬਹੁਤ ਜ਼ਿਆਦਾ ਗਰਮੀ ਹੈ, ਸ਼ਦੀਦ ਤਰੀਨ ਗਰਮੀ ਹੈ। ਮੈਂ ਔਰ ਅਬਦੁੱਲਾ ਸਿੰਘ ਵਹਿੰਦੇ ਪਏ ਕਾਜ਼ੀ ਬਸਤੀ 'ਚੋਂ ਕੋਈ ਸਮਾਨ ਸ਼ਮਾਨ ਲੱਭਣਾ ਉਹ ਲੈਂਦੇ ਹਾਂ, ਔਰ ਉਸ ਤੋਂ ਇਲਾਵਾ ਕਾਜ਼ੀ ਬਸਤੀ ਦੀ ਮਸ਼ਹੂਰ ਆਈਸਕ੍ਰੀਮ ਖਾਂਦੇ ਹਾਂ ਕਿਉਂਕਿ ਮੇਰੀ ਹਾਲਤ ਬਹੁਤ ਖਰਾਬ ਹੋ ਗਈ। ਬਹੁਤ ਮਜ਼ੇਦਾਰ ਆਈਸਕ੍ਰੀਮ ਹੁੰਦੀ ਹੈ ਇਹਨਾਂ ਦੀ, ਔਰ ਇਹ ਪੱਖਾ ਵੇਖੋ ਸਾਡੇ ਉੱਤੋਂ ਪੱਖਾ ਚੱਲਦਾ ਪਿਆ। ਅਬਦੁੱਲਾ ਸਿੰਘ ਗਰਮੀ ਲੱਥੀ ਹੈ ਛੋਟੂ, ਥੋੜ੍ਹਾ ਯਾਰ ਹਵਾ ਤੇਜ਼ ਕਰ, ਮਿਹਰਬਾਨੀ ਕਰ ਯਾਰ, ਹਵਾ ਨਹੀਂ ਆਉਂਦੀ, ਮਰ ਗਏ ਅੱਜ। ਇਹ ਮੈਂ ਦੋਸਤੋ ਇੱਥੋਂ ਦੀ ਬਹੁਤ ਹੀ ਮਜ਼ੇਦਾਰ ਹਲਵੇ ਵਾਲੀ ਆਈਸਕ੍ਰੀਮ। ਠੱਡਾ ਪਾਣੀ ਹੈ ਯਾਰ, ਠੱਡਾ ਨਾ ਹੋਇਆ ਨਾ ਬਸ, ਵੇਖੇ ਯਾਰ ਮਿਹਰਬਾਨੀ ਕਰੋ, ਠੱਡਾ ਪਿਲਾਓ, ਮਰਦੇ ਹਾਂ। ਠੱਡਾ ਲੱਗਦਾ ਤਾਂ ਨਹੀਂ ਪਿਆ, ਬਰਫ਼ ਸ਼ਰਫ਼ ਕੋਈ ਨਹੀਂ ਪਿਆ। ਮੁੱਕ ਗਈ, ਅਸਾਂ ਹੀ ਮੁੱਕ ਗਏ ਅੱਜ ਯਾਰ। ਮੁਸਲਮਾਨ ਦੇ ਉੱਤੇ ਫਰਜ਼ ਹੁੰਦਾ ਮੁਸਲਮਾਨ ਨੂੰ ਠੱਡਾ ਪਾਣੀ ਪਿਲਾਉਣਾ, ਇਵੇਂ ਨਾ ਕਰ ਬਸ, ਠੱਡਾ ਪਾਣੀ ਕੋਈ ਨਹੀਂ ਦੋਸਤੋ, ਕੀ ਕਰੋ। ਆਈਸਕ੍ਰੀਮ ਪਾਰਲਰ ਜਿਹੜਾ ਨੇ ਬੜਾ ਮਸ਼ਹੂਰ ਹੈ ਬਸਤੀ ਕਾਜ਼ੀ ਦਾ, ਲੇਕਿਨ ਠੱਡਾ ਪਾਣੀ ਕੋਈ, ਕੀ ਕਰ ਸਕਦੇ। ਸੁਣਾਓ ਅਬਦੁੱਲਾ ਸਿੰਘ, ਬਸਤੀ ਕਾਜ਼ੀ ਦੀ ਆਈਸਕ੍ਰੀਮ ਪਸੰਦ ਆਈ? ਹਾਂ, ਬਾਕੀ ਹਲਵਾ ਹਲਵਾ ਠੀਕ ਹੈ। ਅੱਛਾ, ਮਜ਼ਾ ਰਹੀ ਗਿਆ, ਬਸ ਗੁਜ਼ਾਰਾ ਹੈ। ਸਾਡੇ ਪਾਸੇ ਮਿਲਦਾ ਕੋਈ? ਹਾਂ, ਇੱਥੇ ਮਜ਼ੇਦਾਰ ਹੈ, ਮਜ਼ਾ ਹੀ ਮਜ਼ਾ।